ਤੁਸੀਂ ਕੱਚੇ ਪੱਤਰਕਾਰ ਹੋ, ਇਹੋ ਜਿਹੇ ਮਜ਼ੇ ਲੈਣ ਵਾਲੇ ਸਵਾਲ ਨਾ ਪੁੱਛਿਆ ਕਰੋ। ਨਹੀਂ ਯਾਰ, ਤੁਸੀਂ ਤੁਸੀਂ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦਾ ਅਪਮਾਨ ਕੀਤਾ, ਕਿਹੜਾ ਤੁਹਾਡਾ ਚੈਨਲ ਹੈ ਮੈਨੂੰ ਪਤਾ। ਕੈਪਟਨ ਸਾਹਿਬ ਜਾ ਰਹੇ ਨੇ, ਪੀਐਮ ਜਾ ਰਹੇ ਨੇ, ਤੁਸੀਂ ਉਹਨਾਂ ਦੇ ਸਵਾਲ ਕਰ ਰਹੇ ਹੋ ਯਾਰ, ਤੁਹਾਨੂੰ ਕਿੰਨੇ ਪੱਤਰਕਾਰ ਬਣਾਇਆ ਮੈਨੂੰ ਦੱਸੋ, ਬਾਕੀ ਤਾਂ ਕਿਸੇ ਨੇ ਨਹੀਂ ਪੁੱਛਿਆ। ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਖਰੀਆਂ ਖਰੀਆਂ, ਅੱਜ ਖਰੀਆਂ ਖਰੀਆਂ ਦੇ ਵਿੱਚ ਗੱਲ ਕਰਦਿਆਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਮਨਿੰਦਰਜੀਤ ਸਿੰਘ ਬਿੱਟਾ, ਮਨਿੰਦਰਜੀਤ ਸਿੰਘ ਬਿੱਟਾ ਇੱਕ ਉਹ ਨਾਮ ਹੈ ਜਿਨ੍ਹਾਂ ਨੇ ਮਤਲਬ ਐਂਟੀ ਟੈਰੋਰਿਜ਼ਮ ਵਾਸਤੇ ਬਹੁਤ ਕੁਝ ਕੀਤਾ ਹੈ ਔਰ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਕੰਮ ਵੀ ਕੀਤੇ ਨੇ, ਲੇਕਿਨ ਇਹਨਾਂ ਦਿਨਾਂ ਵਿੱਚ ਪੱਤਰਕਾਰਾਂ ਤੋਂ ਖਾਸੇ ਨਾਰਾਜ਼ ਨਜ਼ਰ ਆ ਰਹੇ ਨੇ। ਸੋਸ਼ਲ ਮੀਡੀਆ 'ਤੇ ਉਹਨਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ। ਉਸ ਵੀਡੀਓ ਦੇ ਵਿੱਚ ਇੱਕ ਪੱਤਰਕਾਰ ਵੱਲੋਂ ਬੜਾ ਸਿੰਪਲ ਅਤੇ ਸਧਾਰਨ ਪ੍ਰਸ਼ਨ ਪੁੱਛਿਆ ਗਿਆ ਸੀ ਕਿ ਜਦੋਂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ ਸੀ ਤਾਂ ਉਸ ਦਾ ਭਰਪੂਰ ਵਿਰੋਧੀਆਂ ਵੱਲੋਂ ਵਿਰੋਧ ਕੀਤਾ ਗਿਆ ਔਰ ਮਤਲਬ ਵਿਰੋਧ ਵੀ ਇਸ ਕਦਰ ਹੋਇਆ ਕਿ ਨਵਜੋਤ ਸਿੰਘ ਸਿੱਧੂ ਨੂੰ ਬਕਾਇਦਾ ਤੌਰ 'ਤੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਦੀ ਇੱਕ ਇੱਕ ਗੱਲ ਦਾ ਜਵਾਬ ਦੇਣਾ ਪਿਆ। ਲੇਕਿਨ ਹੁਣ ਜਦੋਂ ਬੀਜੇਪੀ ਵਾਲੇ ਜਾਂ ਮਤਲਬ ਭਾਰਤ ਦੇ ਪ੍ਰਧਾਨ ਮੰਤਰੀ ਜਾਂ ਹੋਰ ਮੰਤਰੀ ਵੀ ਉੱਥੇ ਜਾ ਰਹੇ ਨੇ ਤਾਂ ਕੀ ਮਤਲਬ ਉਹਨਾਂ ਦਾ ਵਿਰੋਧ ਹੋਏਗਾ ਜਾਂ ਨਹੀਂ, ਹੁਣ ਕੀ ਪ੍ਰੈਸ਼ਨ ਹੈ? ਕੁਛ ਵੀ ਪ੍ਰੈਸ਼ਨ ਨਹੀਂ ਹੈ। ਲੇਕਿਨ ਇਸ ਤੋਂ ਬਾਅਦ ਮਨਿੰਦਰਜੀਤ ਸਿੰਘ ਬਿੱਟਾ ਆਪੇ 'ਚੋਂ ਬਾਹਰ ਹੋ ਗਏ, ਉਹਨਾਂ ਨੇ ਮੀਡੀਆ ਨੂੰ ਕੈਟਾਗਰੀ 'ਚ ਖੜ੍ਹਾ ਕਰ ਦਿੱਤਾ। ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਤੁਹਾਡੇ ਇਸ ਪ੍ਰੈਸ਼ਨ ਦੇ ਜ਼ਰੀਏ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬੇਅਦਬੀ ਹੋਈ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬੇਅਦਬੀ ਕਰਨ ਵਾਲੇ ਬਿੱਟਾ ਸਾਹਿਬ ਇਸ ਦੁਨੀਆ 'ਤੇ ਅੱਜ ਤੱਕ ਤਾਂ ਪੈਦਾ ਕੋਈ ਹੋਏ ਨਹੀਂ ਹੈ ਔਰ ਨਾ ਹੀ ਕਦੇ ਹੋ ਸਕਦੇ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਉਹ ਮਹਾਨ ਸ਼ਖਸੀਅਤ ਹੈ ਜਿਨ੍ਹਾਂ ਦੀ ਕਿਰਪਾ ਸਦਕਾ ਆਪਾਂ ਬੋਲਦੇ ਹਾਂ, ਆਪਾਂ ਚੱਲਦੇ ਹਾਂ ਔਰ ਆਪਾਂ ਸਾਹ ਲੈਂਦੇ ਹਾਂ। ਉਹਨਾਂ ਦੀ ਬੇਅਦਬੀ ਦਾ ਸਵਾਲ ਹੀ ਨਹੀਂ ਕਦੇ ਪੈਦਾ ਹੋ ਜਾਂਦਾ। ਤੁਹਾਡੀ ਇਸ ਗੱਲ ਤੋਂ ਕਿਤੇ ਨਾ ਕਿਤੇ ਮੈਨੂੰ ਲੱਗਾ ਕਿ ਜਾਂ ਤਾਂ ਤੁਹਾਨੂੰ ਪ੍ਰੈਸ਼ਰ ਨਹੀਂ ਸਮਝ ਆਇਆ ਅਤੇ ਜਾਂ ਫਿਰ ਤੁਹਾਡੇ ਕੋਈ ਗੱਲ ਕੋਈ ਹੋਰ ਸੀਗੀ ਅਤੇ ਪੁੱਛ ਕੋਈ ਹੋਰ ਬੈਠੇ। ਪਹਿਲਾਂ ਵੇਖੋ ਵਾਇਰਲ ਵੀਡੀਓ। ਤੁਸੀਂ ਕੱਚੇ ਪੱਤਰਕਾਰ ਹੋ, ਇਹੋ ਜਿਹੇ ਮਜ਼ੇ ਲੈਣ ਵਾਲੇ ਸਵਾਲ ਨਾ ਪੁੱਛਿਆ ਕਰੋ। ਤੁਸੀਂ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦਾ ਅਪਮਾਨ ਕੀਤਾ, ਕਿਹੜਾ ਤੁਹਾਡਾ ਚੈਨਲ ਹੈ ਮੈਨੂੰ ਨਹੀਂ ਪਤਾ। ਤੁਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਅਪਮਾਨ ਕੀਤਾ। ਸਰ, ਕੇਂਦਰ ਸਰਕਾਰ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਇਸੇ ਗੱਲ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਸੀਗੇ ਕਿ ਉਹ ਪਾਕਿਸਤਾਨ ਗਏ ਸੀ ਤਾਂ ਹੁਣ ਵੀ ਪਾਕਿਸਤਾਨ ਹੀ ਜਾ ਰਹੇ ਹਨ ਸਰ? ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਲੈ ਕੇ ਉਹ ਆਏ ਸੀ ਇੱਥੇ, ਤਾਂ ਫਿਰ ਕੇਂਦਰ ਸਰਕਾਰ ਹੁਣ ਕਿਉਂ ਨਹੀਂ ਸਵਾਲ? ਤੁਸੀਂ ਹੁਣ ਕੀ ਤੁਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਜਨਮ ਦਿਨ ਤੇ ਕੀ ਲੱਗਦਾ ਵੀ ਤੁਸੀਂ ਖਿਲਾਫ ਹੋ? ਅਸੀਂ ਖਿਲਾਫ ਨਹੀਂ, ਤੁਸੀਂ ਧਰਮ ਦੇ ਖਿਲਾਫ ਲੱਗਦੇ ਹੋ ਮੈਨੂੰ। ਤੁਸੀਂ ਇਹ ਕੀ ਸਿਆਸਤ ਹੋ ਰਹੀ ਹੈ? ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉੱਤੇ ਪ੍ਰਸ਼ਨ ਚਿੰਨ੍ਹ ਲਵਾ ਰਹੇ ਹੋ ਤੇ ਨਵਜੋਤ ਸਿੱਧੂ? ਨਹੀਂ, ਇਹ ਗਲਤ ਹੈ। ਇਹ ਤੁਸੀਂ ਜੋ ਮਰਜ਼ੀ ਵੀਡੀਓ ਬਣਾਓ, ਪਰ ਤੁਸੀਂ ਇੱਕ ਗੱਲ, ਮੇਰਾ ਪਤਾ ਨਹੀਂ ਕਿਹੜਾ ਤੁਹਾਡਾ ਚੈਨਲ ਹੈ ਮੈਨੂੰ ਨਹੀਂ ਪਤਾ, ਪਰ ਤੁਸੀਂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਪਮਾਨ ਕਰ ਰਹੇ ਹੋ। ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਪੱਤਰਕਾਰ ਹੋ ਤਾਂ ਸਾਡੇ ਦੇ ਉੱਤੇ ਨਹੀਂ, ਪਰ ਸਾਡੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਇਹੋ ਜਿਹੇ ਮਜ਼ੇ ਲੈਣ ਵਾਲੇ ਸਵਾਲ ਨਾ ਪੁੱਛਿਆ ਕਰੋ। ਨਹੀਂ ਯਾਰ, ਇੱਕ ਮਿੰਟ ਪਹਿਲਾਂ ਮੈਨੂੰ ਜਵਾਬ ਦੇ ਦੇ। ਕਮਾਲ ਹੈ ਯਾਰ, ਤੁਸੀਂ ਗੁਰੂ ਮਹਾਰਾਜ ਨਾਲ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨਾਲ ਮਜ਼ਾਕ ਕਰ ਰਹੇ ਹੋ? ਨਵਜੋਤ ਸਿੱਧੂ ਗਿਆ, ਉਹ ਗਿਆ, ਵਾਹ ਯਾਰ, ਸਾਡੇ ਚੀਫ ਮਿਨਿਸਟਰ ਪੰਜਾਬ ਜਾ ਰਹੇ ਨੇ, ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਰਹੇ ਨੇ ਯਾਰ, ਤੁਸੀਂ ਇਹੋ ਜਿਹੇ ਕੰਟਰੋਵਰਸਲ ਸਵਾਲ ਪੁੱਛ ਕੇ? ਨਹੀਂ ਦੇਖੋ ਮੇਰੇ, ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ। ਮੈਂ ਅੱਜ ਨਹੀਂ, ਜੇ ਇਹੋ ਜਿਹੇ ਮਜ਼ੇ ਵਾਲੇ ਸਵਾਲ ਲੈਣੇ ਆ ਨਾ ਤੁਸੀਂ, ਤਾਂ ਤੁਸੀਂ ਧਰਮ ਦਾ, ਨਹੀਂ ਯਾਰ ਕੋਈ ਗੱਲ ਹੈ ਯਾਰ, ਨਹੀਂ ਯਾਰ, ਤੁਸੀਂ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦਾ ਅਪਮਾਨ ਕੀਤਾ, ਕਿਹੜਾ ਤੁਹਾਡਾ ਚੈਨਲ ਹੈ ਮੈਨੂੰ ਨਹੀਂ ਪਤਾ। ਤੁਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਅਪਮਾਨ ਕੀਤਾ,
ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਪਮਾਨ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਤੁਸੀਂ ਯਾਰ ਚੀਫ ਮਿਨਿਸਟਰ ਜਾ ਰਹੇ ਨੇ ਅਮਰਿੰਦਰ ਸਿੰਘ ਜੀ, ਤੁਸੀਂ ਮਜ਼ੇ ਲਈ ਜਾਂਦੇ ਸਿਰ ਹਿਲਾ ਕੇ ਯਾਰ, ਕੋਈ ਗੱਲ ਹੈ ਕੋਈ ਯਾਰ? ਨਹੀਂ, ਗੁਰੂ ਨਾਨਕ ਦੇਵ ਜੀ ਮਹਾਰਾਜ ਕੌਣ ਸੀ ਮੈਂ ਤੈਨੂੰ ਸਵਾਲ ਪੁੱਛਣਾ ਚਾਹੁੰਦਾ। ਨਹੀਂ, ਸੱਚੇ ਪਾਤਸ਼ਾਹ ਕੌਣ ਸੀ? ਤੁਸੀਂ 500 ਦੇ ਦਿਹਾੜਾ ਮਨਾਇਆ ਜਾ ਰਿਹਾ, ਕੈਪਟਨ ਸਾਹਿਬ ਜਾ ਰਹੇ ਨੇ, ਪੀਐਮ ਜਾ ਰਹੇ ਨੇ, ਤੁਸੀਂ ਉਹਨਾਂ ਦੇ ਸਵਾਲ ਕਰ ਰਹੇ ਹੋ ਯਾਰ? ਤੁਹਾਨੂੰ ਕਿੰਨੇ ਪੱਤਰਕਾਰ ਬਣਾਇਆ ਮੈਨੂੰ ਦੱਸੋ, ਬਾਕੀ ਤਾਂ ਕਿਸੇ ਨੇ ਨਹੀਂ ਪੁੱਛਿਆ। ਕੀ ਕਰੋਗੇ ਤੁਸੀਂ, ਸਦਾ ਦਿਓਗੇ? ਲਓ ਮੈਂ ਭੁਗਤਣ ਤੇ ਗੁਰੂ ਮਹਾਰਾਜ ਨਾਨਕ ਦੇਵ ਜੀ ਦਾ ਅਪਮਾਨ ਨਹੀਂ ਬਰਦਾਸ਼ਤ ਕਰਾਂਗਾ ਮੈਂ। ਯਾਦ ਰੱਖਣਾ, ਇਹ ਤੁਸੀਂ ਮਜ਼ੇ ਲੈ ਰਹੇ ਹੋ, ਇਹਨਾਂ ਦਾ ਨਾਮ ਕੀ ਯਾਰ ਪੁੱਛੋ, ਮੈਂ ਇਹਨਾਂ ਦੇ ਹੈੱਡ ਆਫਿਸ ਗੱਲ ਕਰਨਾ ਯਾਰ। ਇਹ ਅਪਮਾਨ ਹੈ, ਇਹ ਅਪਮਾਨ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਪਮਾਨ ਕੀਤਾ, ਇਹ ਇਹਨਾਂ ਨੇ ਕਿਉਂ ਨੀ ਸਵਾਲ ਪੁੱਛਿਆ? ਇਹਨਾਂ ਨੇ ਕਿਉਂ ਨੀ ਪੁੱਛਿਆ? ਉਹਨਾਂ ਨੇ ਕਿਉਂ ਨੀ ਪੁੱਛਿਆ? ਮੈਂ ਤੇ ਯਾਰ ਨਾ ਪ੍ਰੈਸ ਕਾਨਫਰੰਸ ਬੁਲਾਈ, ਤੁਹਾਡੇ ਪਿਆਰ ਨਾਲ ਆ ਗਿਆ, ਪਰ ਯਾਰ ਏਦਾਂ ਗੁਰੂ ਮਹਾਰਾਜ ਦਾ ਅਪਮਾਨ ਨਾ ਕਰੋ ਯਾਰ। ਸੱਚੇ ਨਹੀਂ ਨਹੀਂ ਦਿਖਾਣ ਯਾਰ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਏਦਾਂ ਅਪਮਾਨ ਨਾ ਕਰੋ, ਕਰਾਉਣਗੇ ਆਪਣੀ ਬੇਇੱਜ਼ਤੀ ਕਰਾਉਣਗੇ। ਬੇਟਾ ਜੀ ਵਾਕਈ ਮਤਲਬ ਕੋਈ ਇੰਨਾ ਖਾਸ ਪ੍ਰਸ਼ਨ ਤਾਂ ਨਹੀਂ ਸੀ, ਪਤਾ ਨਹੀਂ ਤੁਹਾਨੂੰ ਕਿਉਂ ਚੁੱਭ ਗਿਆ ਇਹ ਪ੍ਰਸ਼ਨ, ਤੁਹਾਡੀ ਦੁੱਖ ਦੀ ਰਗ 'ਤੇ ਕਿਸੇ ਨੇ ਹੱਥ ਰੱਖ ਦਿੱਤਾ। ਪੱਤਰਕਾਰ ਨੇ ਤਾਂ ਇੱਕੋ ਨੇ ਸਵਾਲ ਪੁੱਛਣਾ ਹੁੰਦਾ, ਸਾਰਿਆਂ ਨੇ ਇੱਕੋ ਹੀ ਸਵਾਲ ਥੋੜ੍ਹੀ ਪੁੱਛਣੇ ਹੁੰਦੇ ਆ। ਤੁਸੀਂ ਕਿਹਾ ਨਾ ਵੀ ਉਹਨੇ ਨਹੀਂ ਪੁੱਛਿਆ ਤਾਂ ਉਹਨੇ ਨਹੀਂ ਪੁੱਛਿਆ, ਤੁਸੀਂ ਕਿਉਂ ਪੁੱਛ ਲਿਆ? ਇਹੋ ਜਿਹਾ ਕੋਈ ਨਹੀਂ ਹੁੰਦਾ, ਹਰ ਇੱਕ ਪੱਤਰਕਾਰ ਦਾ ਆਪਣਾ ਆਪਣਾ ਪ੍ਰਸ਼ਨ ਹੁੰਦਾ, ਔਰ ਤੁਹਾਨੂੰ ਹਰ ਪ੍ਰਸ਼ਨ ਦਾ ਬਹੁਤ ਹੀ ਸਹਿਜ ਤਰੀਕੇ ਨਾਲ ਉੱਤਰ ਦੇਣਾ ਚਾਹੀਦਾ ਹੈ।